ਸੁਰੂਪ ਕੀ ਰਾਣੀ ਮੈਂ ਚੋਰੋ ਕਾ ਰਾਜਾ ਫਿਲਮ ਦੀ ਤਰ੍ਹਾਂ ਇੱਕ ਨੌਸਰਵਾਦ ਜੋੜਾ ਅੱਜ ਕੱਲ੍ਹ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਦੇ ਆਸ ਪਾਸ ਪਿੰਡਾਂ ਵਿੱਚ ਸਰਗਰਮ ਹੈ, ਜੋ ਕਿ ਨਵੇਂ ਸਟਾਈਲ ਨਾਲ ਭੋਲੇ ਭਾਲੇ ਲੋਕਾਂ ਨੂੰ ਠੱਗ ਰਿਹਾ ਹੈ ਤੇ ਪੀੜਤ ਦਾ ਦਰਦ ਉਸ ਸਮੇਂ ਹੋਰ ਵੱਧ ਜਾਂਦਾ ਹੈ ਜਦ ਪੁਲਿਸ ਇਹਨਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਪੀੜਤ ਨੂੰ ਹੀ ਫਟਕਾਰ ਲਗਾ ਦਿੰਦੀ ਹੈ। ਕੀ ਹੈ ਇਹ ਮਾਮਲਾ ਤੇ ਕਿਵੇਂ ਨਟਵਰ ਲਾਲ ਠੱਗੀ ਦੀ ਖੇਡ ਖੇਡ ਰਹੇ ਹਨ, ਵੇਖੋ ਇਸ ਵੀਡੀਓ ਵਿੱਚ। ਜਗਮੋਹਨ ਗੋਇਲ ਹੈ ਜੀ, ਪਿੰਡ ਧਿੰਗੜ ਹੈ। ਮੇਰੀ ਡੈਡੀ ਦਾ ਨਾਂ ਹੈਪੀ ਡੈਰੀ ਹੈ, ਸਾਡਾ ਕਰਿਆਨਾ ਸ਼ੋਪ ਵੀ ਹੈ ਸਰ। ਅਤੇ ਸਾਡੇ ਨਾਲ ਫਰੋਡ ਹੋਇਆ ਸਰ, ਜਿਵੇਂ ਆਪਾਂ ਕਹਿ ਦਿੰਦੇ ਹਾਂ 3 ਤਰੀਕ ਨੂੰ ਸ਼ਾਮ ਨੂੰ 6 ਵਜੇ ਦੋ ਲੇਡੀਜ਼ ਇੱਕ ਲੇਡੀਜ਼ ਇੱਕ ਮੁੰਡਾ ਮੋਟਰਸਾਈਕਲ 'ਤੇ ਹੈ, ਬਿਨਾਂ ਨੰਬਰ ਪਲੇਟ ਵਾਲੀ 'ਤੇ, ਸਪਲੈਂਡਰ ਮੋਟਰਸਾਈਕਲ ਸੀਗਾ, ਲੋਇਲ ਵੀਲ ਸੀਗੇ ਉਹਦੇ, ਅਤੇ ਨੰਬਰ ਪਲੇਟ ਨਹੀਂ ਲੱਗੀ ਸੀ ਸਰ ਉਹਦੇ ਉੱਤੇ। ਉਹ ਮੇਰੇ ਕੋਲ ਡੈਰੀ ਦੇ ਵਿੱਚ ਆਏ, ਮੈਨੂੰ ਕਹਿੰਦੇ ਥੋੜ੍ਹਾ ਜਿਹਾ ਦੁੱਧ ਲੈਣਾ ਸੀ। ਮੈਂ ਕਿਹਾ ਜੀ ਲੈ ਲਓ, ਕੋਈ ਗੱਲ ਨਹੀਂ ਹੈ, ਦੁੱਧ 60 ਰੁਪਏ ਕਿਲੋ ਵਾਲਾ ਵਧੀਆ ਹੈਗਾ, ਤੁਸੀਂ ਲੈ ਸਕਦੇ ਹੋ ਤਾਂ। ਉਹ ਕਹਿੰਦੇ ਕੋਈ ਨਹੀਂ 60 ਵਾਲਾ ਹੀ ਲੈ ਲਾਂਗੇ, ਅਤੇ ਕਹਿੰਦੇ ਸਮਾਨ ਤਾਂ ਅਸੀਂ ਹੋਰ ਵੀ ਲੈ ਲਾਂਗੇ, ਅਤੇ ਪਰ ਜੇ ਅਸੀਂ ਪੇਮੈਂਟ ਗੂਗਲ ਪੇ ਰਾਹੀਂ ਕਰਾਂਗੇ। ਮੈਂ ਕਿਹਾ ਕੋਈ ਗੱਲ ਨਹੀਂ, ਜਿਹੜੀ ਜਿਵੇਂ ਤੁਸੀਂ ਕਰਨੀ ਹੈ ਕਰ ਦਿਓ ਪੇਮੈਂਟ, ਕੋਈ ਚੱਕਰ ਵਾਲੀ ਗੱਲ ਨਹੀਂ। ਕਹਿੰਦੇ ਫਿਰ ਅਸੀਂ ਸਮਾਨ ਥੋੜ੍ਹਾ ਜਿਹਾ ਵੱਧ ਲੈ ਲੈਂਦੇ ਹਾਂ, ਘਿਓ ਘਿਓ ਲੈ ਲਿਆ ਉਹਨਾਂ ਨੇ, ਦਹੀਂ ਵੀ ਲੈ ਲਿਆ 840 ਰੁਪਏ ਦਾ ਸਾਰਾ ਸਮਾਨ ਲੈ ਕੇ। ਕਹਿੰਦੇ ਵੀ 2500 ਰੁਪਏ ਅਸੀਂ ਤੁਹਾਨੂੰ ਪੇ ਕਰ ਦਿੰਦੇ ਹਾਂ, ਅਤੇ ਤੁਸੀਂ ਸਾਨੂੰ ਬਾਕੀ ਪੇਮੈਂਟ ਕੈਸ਼ ਦੇ ਦੋਗੇ। ਮੈਂ ਕਿਹਾ ਕੋਈ ਗੱਲ ਨਹੀਂ ਜੀ, ਆਪ ਇਸ ਗੱਲ 'ਚ ਕੋਈ ਦਿੱਕਤ ਨਹੀਂ ਹੈ, ਤੁਸੀਂ ਪੇਮੈਂਟ ਕਰੋ। ਉਹਨਾਂ ਨੇ ਸਾਨੂੰ ਇੱਕ ਫਰੋਡ ਮੈਸੇਜ ਰਾਹੀਂ ਪੇਮੈਂਟ 2500 ਰੁਪਈਆ ਸੈਂਡ ਕੀਤੀ, ਪਤਾ ਨਹੀਂ ਮੋਬਾਈਲ ਨੰਬਰ 6286-60216 ਇਹ ਨੰਬਰ ਸੀ ਉਹਨਾਂ ਦਾ। ਉਹ ਸਾਰੀ ਲੋਕੇਸ਼ਨ ਸਾਡੇ CCTV ਕੈਮਰੇ ਵਿੱਚ ਕੈਦ ਹੋਈ ਹੈ, ਅਤੇ ਉਹ ਲੇਡੀਜ਼ ਇਸ ਤਰ੍ਹਾਂ ਪੇਮੈਂਟ ਕਰਵਾ ਕੇ ਸਾਨੂੰ ਕਹਿੰਦੀ ਵੀ ਸਾਨੂੰ ਕਾਹਲੀ, ਅਸੀਂ ਮਾਰਕੀਟ 'ਤੇ ਜਾਣਾ, ਸਾਨੂੰ ਜਾਣ ਦਿਓ। ਅਸੀਂ ਕਿਹਾ ਕੋਈ ਗੱਲ ਨਹੀਂ, ਤੁਹਾਡੀ ਪੇਮੈਂਟ ਸਾਨੂੰ ਸ਼ੋਅ ਹੋ ਰਹੀ ਹੈ ਅਤੇ ਤੁਸੀਂ ਚਲੇ ਜਾਓ। ਜਦੋਂ ਦੇਖਿਆ ਸਾਡੀ ਪੇਮੈਂਟ ਤਾਂ ਅਕਾਊਂਟ ਦੇ ਵਿੱਚ ਜੁੜੀ ਨਹੀਂ ਹੈਗੀ, ਜਦੋਂ ਅਸੀਂ ਧਿਆਨ ਨਾਲ ਮੈਸੇਜ ਨੂੰ ਦੇਖਿਆ ਫਰੋਡ ਮੈਸੇਜ ਸੀਗਾ, ਅਤੇ ਅਸੀਂ ਥਾਣਾ ਫੂਲ ਆਪਣੇ ਦਰਖਾਸਤ ਦਿੱਤੀ ਸੀ 3 ਤਰੀਕ ਨੂੰ, ਪਰ ਉਹਨਾਂ ਦੀ FIR ਮੇਰੇ ਹਿਸਾਬ ਨਾਲ ਉਹਨਾਂ ਨੇ ਚੜ੍ਹਾਈ ਨਹੀਂ ਹੈ ਨੈੱਟ 'ਤੇ, ਅਤੇ ਉਹ ਹਜੇ ਪੈਂਡਿੰਗ 'ਚ ਹੀ ਪਈ ਹੈ, ਅਤੇ ਨਾ ਹੀ ਉਹਨਾਂ ਨੇ ਕੋਈ ਹਜੇ ਤੀਕਰ ਕਾਰਵਾਈ ਕੀਤੀ ਹੈ। SHO ਸਾਹਿਬ ਨਾਲ ਵੀ ਗੱਲ ਹੋਈ ਸੀ, ਉਹ ਕਹਿੰਦੇ ਸਾਨੂੰ ਸੈਨੇ ਦੀ ਲੋਕੇਸ਼ਨ ਉਹਨਾਂ ਦੀ ਸ਼ੋਅ ਹੋਈ ਹੈ, ਅਤੇ ਸਾਨੂੰ ਵੀ ਇਹ ਸ਼ੋਅਰ ਹੈ ਵੀ ਉਹ ਸੈਨੇ ਦੇ ਹੀ ਹੈ ਬੰਦੇ, ਪਰ ਹੁਣ ਫੜਨਾ ਤਾਂ ਦੇਖੋ ਪ੍ਰਸ਼ਾਸਨ ਨਹੀਂ ਹੈ ਉਹਨਾਂ ਨੂੰ, ਅਤੇ ਹੁਣ ਦੇਖੋ ਵੀ ਕੀ ਕਾਰਵਾਈ ਕਰਦੇ ਨੇ ਜੀ। ਅੱਜ 10-11 ਦਿਨ ਹੋ ਗਏ ਪਰ ਕੋਈ ਕਾਰਵਾਈ ਨਹੀਂ ਹੋਈ। ਮੈਨੇ SSP ਸਾਹਿਬ ਨੂੰ ਅਤੇ DSP ਸਾਹਿਬ ਨੂੰ ਵੀ ਚਿੱਠੀ ਕੱਢੀ ਸੀ ਰਜਿਸਟਰੀ ਰਾਹੀਂ, ਅਤੇ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਆਇਆ। ਦੇਖੋ ਪ੍ਰਸ਼ਾਸਨ ਦੇ ਵਿੱਚ ਕੀ ਚੱਲ ਰਿਹਾ, ਸਾਰੀ ਪਬਲਿਕ ਪਰੇਸ਼ਾਨ ਹੋ ਰਹੀ ਹੈ। ਉਹ ਥਾਂ ਥਾਂ ਠੱਗੀਆਂ ਮਾਰ ਰਹੇ, 1-2 ਰਾਮਪੁਰਾ ਫੂਲ ਦੇ ਵਿੱਚ ਵੀ ਠੱਗੀਆਂ ਹੋਈਆਂ ਸਰ। ਹਜੇ ਉਸ ਦਿਨ ਲੇਡੀਜ਼ ਜਿਹੜੇ ਪਾਸੋਂ ਸਮਾਨ ਲੈ ਕੇ ਸਾਡੇ ਕੋਲ ਐਂਟਰ ਹੋਈ ਸੀ, ਉਹ ਵੀ 3-4 ਲਿਫਾਫੇ ਚੱਕੀ ਫਿਰਦੀ ਸੀ, ਪਿੱਛੋਂ ਵੀ ਠੱਗੀਆਂ ਮਾਰ ਕੇ ਆਈ ਸੀਗੀ। ਹੁਣ ਤੁਸੀਂ ਦੇਖੋ ਜੀ ਕੀ ਕਰ ਸਕਦੇ ਹੋ।